ਮਾਪਿਆਂ ਦੇ ਇਕਲੌਤੇ ਪੁੱਤ ਦੀ ਵਿਦੇਸ਼ ਦੇ ਵਿੱਚ ਹੋਈ ਮੌਤ। 6 ਮਹੀਨੇ ਪਹਿਲਾਂ ਗਿਆ ਸੀ ਕਰੋਸ਼ੀਆ, ਵਿਦੇਸ਼ 'ਚ ਕਰਦਾ ਸੀ ਡਿਲੀਵਰੀ ਦਾ ਕੰਮ। ਵਿਦੇਸ਼ ਤੋਂ ਇੱਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਨੌਜਵਾਨ ਦਾ ਨਾਮ ਸੰਦੀਪ ਸਿੰਘ ਸੀ ਅਤੇ ਇਸਦੀ ਉਮਰ 22 ਸਾਲ ਸੀ, ਜੋ ਕਿ ਤਲਵੰਡੀ ਸਾਬੋ ਦੇ ਪਿੰਡ ਦੇ ਵਿੱਚ ਰਹਿੰਦਾ ਸੀ। ਤਾਂ 6 ਮਹੀਨੇ ਪਹਿਲਾਂ ਇਹ ਕਰੋਸ਼ੀਆ ਦੇਸ਼ ਦੇ ਵਿੱਚ ਗਿਆ ਸੀ, ਜਿੱਥੇ ਕਿ ਇਹ ਡਿਲੀਵਰੀ ਦਾ ਕੰਮ ਕਰਦਾ ਸੀ, ਅਤੇ ਅਚਾਨਕ ਇਸ ਦੀ ਮੌਤ ਹੋ ਜਾਂਦੀ ਹੈ। ਜਿਵੇਂ ਹੀ ਇਹ ਜਾਣਕਾਰੀ ਪਰਿਵਾਰ ਨੂੰ ਲੱਗਦੀ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ। ਤਾਂ ਇਹ ਬਠਿੰਡਾ ਦੇ ਤਲਵੰਡੀ ਸਾਬੋ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ। 6 ਮਹੀਨੇ ਪਹਿਲਾਂ ਹੀ ਹਲੇ ਕਰੋਸ਼ੀਆ ਦੇਸ਼ ਦੇ ਵਿੱਚ ਗਿਆ ਸੀ, ਡਿਲੀਵਰੀ ਦਾ ਕੰਮ ਕਰਦਾ ਸੀ। ਤਾਂ ਹੁਣ ਦੱਸ ਦਈਏ ਕਿ ਮਾਪਿਆਂ ਦੇ ਵੱਲੋਂ ਮ੍ਰਿਤਕ ਦੇਹ ਨੂੰ ਵਾਪਸ ਘਰ ਮੰਗਵਾਉਣ ਦੇ ਲਈ ਪ੍ਰਸ਼ਾਸਨ ਅੱਗੇ ਮਦਦ ਦੀ ਗੁਹਾਰ ਲਗਾਈ ਗਈ ਹੈ। ਤਾਂ ਬੜੀ ਦੁਖਦਾਈ ਖਬਰ ਸਾਹਮਣੇ ਆਈ ਹੈ। 22 ਸਾਲ ਇਸ ਨੌਜਵਾਨ ਦੀ ਉਮਰ ਸੀ ਅਤੇ 6 ਮਹੀਨੇ ਪਹਿਲਾਂ ਹੀ ਹਲੇ ਵਿਦੇਸ਼ ਗਿਆ ਸੀ। ਤਾਂ ਚੰਗੇ ਭਵਿੱਖ ਦੇ ਲਈ ਇਹ ਨੌਜਵਾਨ ਦੇ ਵੱਲੋਂ ਵਿਦੇਸ਼ ਦੇ ਵਿੱਚ ਆਪਣੀ ਫਾਈਲ ਲਗਾਈ ਗਈ ਸੀ, ਜਿੱਥੇ ਕਿ ਇਹ ਡਿਲੀਵਰੀ ਦਾ ਕੰਮ ਕਰਦਾ ਸੀ। ਪਰ ਅਚਾਨਕ ਹੁਣ ਇਸਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਪਰਿਵਾਰ ਸਮੇਤ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਮੈਂ ਮਹਿਲ ਸਿੰਘ, ਪਿੰਡ ਗਾਟ ਵਾਲੀ ਜੀ। ਮੇਰਾ ਭਤੀਜਾ ਸੰਦੀਪ ਸਿੰਘ ਬਾਹਰ ਗਿਆ ਸੀ ਜੀ, 6 ਮਹੀਨੇ ਹੋ ਗਏ ਜੀ, ਉਮਰ 22 ਸਾਲ ਹੈ। ਰਾਤ 15 ਵਜੇ ਕੋਈ ਮੌਤ ਹੋ ਗਈ ਜੀ। ਸਾਨੂੰ 10 ਕੁ ਵਜੇ ਫੋਨ ਆਇਆਗਾ। ਇਹ ਗਰੀਬ ਪਰਿਵਾਰ ਹੈ ਜੀ, ਸਾਡੀ ਸਰਕਾਰ ਨੂੰ ਬੇਨਤੀ ਆ ਜੀ, ਹੱਥ ਬੰਨ੍ਹ ਕੇ ਸਾਡੀ ਮਦਦ ਕਰੇ, ਸਾਡੀ ਡਿਡ ਫੋਡੀ ਸਾਡੇ ਕੋਲ ਪਹੁੰਚਾਵੇ ਜੀ। ਅਸੀਂ ਧੰਨਵਾਦ ਚਾਹੁੰਦੇ ਹਾਂ ਜੀ ਸਰਕਾਰ ਦਾ, ਬੇਨਤੀ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀ। ਮੈਂ ਨੈਲ ਸਿੰਘ ਬਤਾਇਆ ਬੋਲਦਾ ਜੀ, ਬੱਚੇ ਦਾ। ਸਾਡੇ ਕੋਲ 2-4 ਕਿੱਲੇ ਵਾਹਣ ਆ ਜੀ, ਬੇਨਤੀ ਕਰਦੇ ਹਾਂ ਜੀ ਸਾਡੀ ਮਦਦ ਕਰੇ ਸਰਕਾਰ। ਉਹਨੂੰ 6 ਮਹੀਨੇ ਹੋਏ ਸੀ ਸੰਦੀਪ ਸਿੰਘ ਨੂੰ ਗਏ ਨੂੰ ਜੀ, ਅਤੇ ਉਹ ਵੀ ਡੈਡ ਬੋਡੀ ਹੋ ਗਈ ਜੀ। ਡੈਡ ਬੋਡੀ ਦੀ ਮਿਹਰਬਾਨੀ ਕਰੇ ਜੀ ਸਰਕਾਰ, ਸਾਡੇ ਕੋਲ ਪਹੁੰਚੇ। 20-22 ਸਾਲ ਦਾ ਮੁੰਡਾ ਸੀ ਜੀ, ਅਤੇ 3 ਕੁ ਵਜੇ ਉਹਦੀ ਮੌਤ ਹੋ ਗਈ। ਸਾਨੂੰ 10 ਕੁ ਵਜੇ ਫੋਨ ਆਇਆਗਾ। ਅਸੀਂ ਬਹੁਤ ਬਹੁਤ ਮਿਹਰਬਾਨੀ ਕਰਦੇ ਹਾਂ ਜੀ, ਸਾਡੀ ਮਦਦ ਕਰੇ ਜੀ। ਸਾਡੇ ਪਿੰਡ ਗਾਟਾਲੀ ਦਾ ਸੰਦੀਪ ਸਿੰਘ ਨਾਂ ਦਾ ਨੌਜਵਾਨ 22 ਸਾਲ ਉਮਰ ਦਾ ਸੀ, ਜੋ ਕਿ ਤਕਰੀਬਨ 6 ਕੁ ਮਹੀਨੇ ਪਹਿਲਾਂ ਕਰੇਸ਼ੀਆ ਨਾਂ ਦੇ ਮੁਲਕ ਦੇ ਵਿੱਚ ਆਪਣੀ ਰੋਜ਼ੀ ਰੋਟੀ ਦੀ ਕਮਾਈ ਕਰਨ ਵਾਸਤੇ ਗਿਆ ਹੋਇਆ ਸੀ। ਉਹਦੇ ਮਾਂ ਬਾਪ ਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਉਸ ਬੱਚੇ ਨੂੰ ਬਾਹਰ ਰੋਜ਼ੀ ਰੋਟੀ ਕਮਾਉਣ ਵਾਸਤੇ ਭੇਜਿਆ ਸੀ। ਉਸਦੇ ਬਾਪ ਕਾਲਾ ਸਿੰਘ ਕੋਲ 4 ਏਕੜ ਜ਼ਮੀਨ ਹੈ ਜੀ, ਅਤੇ ਉਸ ਬੱਚੇ ਦੀ ਰਾਤ 9 ਕੁ ਵਜੇ ਤਾਂ ਆਪਦੇ ਮਾਂ ਬਾਪ ਨਾਲ ਗੱਲ ਹੋਈ ਹੈ, ਡੇਲੀ ਗੱਲ ਹੁੰਦੀ ਸੀ। 6 ਕੁ ਮਹੀਨੇ ਪਹਿਲਾਂ ਗਿਆ ਸੀ, ਉੱਥੇ ਡਿਲੀਵਰੀ ਬੋਆਏ ਦਾ ਕੰਮ ਕਰਦਾ ਸੀ, ਅਤੇ ਅਚਨਚੇਤ 2:30 ਵਜੇ ਉਹਦੇ ਆਪਣਾ ਛਾਤੀ 'ਚ ਦਰਦ ਹੋਣ ਨਾਲ ਉਹਦੀ ਡੈਥ ਹੋ ਗਈ। ਅਤੇ ਉਸਦੇ ਸਾਥੀਆਂ ਨੇ ਅੱਜ ਸਵੇਰੇ 10 ਵਜੇ ਉਹਦੇ ਮਾਂ ਬਾਪ ਨੂੰ ਸੁਨੇਹਾ ਲਾਇਆ, ਫੋਨ ਕੀਤਾ, ਅਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਗਰੀਬ ਕਿਸਾਨ ਦਾ ਜਿਹੜਾ ਇਕਲੌਤਾ ਪਰਿਵਾਰ ਦਾ ਚਿਰਾਗ ਸੀ ਸੰਦੀਪ ਸਿੰਘ ਨੌਜਵਾਨ, ਉਸ ਦੀ ਜਿਹੜੀ ਡੈੱਡ ਬੋਡੀ ਹੈ, ਬਹੁਤ ਦੁਖਦਾਈ ਘਟਨਾ ਹੋਈ ਹੈ ਜਿਹੜੀ ਉਸ ਬੱਚੇ ਦੀ, ਅਤੇ ਉਸ ਬੱਚੇ ਦੀ ਜਿਹੜੀ ਲਾਸ਼ ਹੈ, ਜੋ ਡੈੱਡ ਬੋਡੀ ਹੈ, ਉਹਨੂੰ ਲਿਆਉਣ ਦੇ ਵਿੱਚ ਇਹਨਾਂ ਦਾ ਸਹਿਯੋਗ ਕੀਤਾ ਜਾਵੇ, ਮਦਦ ਕੀਤੀ ਜਾਵੇ। ਅਤੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਉਸ ਬੱਚੇ ਦੀ ਜਿਹੜੀ ਡੈੱਡ ਬੋਡੀ ਹੈ, ਉਹਨੂੰ ਜਲਦੀ ਤੋਂ ਜਲਦੀ ਉਹਦੇ ਵਾਰਸਾਂ ਦੇ ਹਵਾਲੇ ਲਿਆ ਕੇ ਕੀਤਾ ਜਾਵੇ। ਧੰਨਵਾਦ ਜੀ।